ਇਮੀਗ੍ਰੇਸ਼ਨ ਗੁਰੂ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਸਿਮਰਤ ਗਰੇਵਾਲ ਇੱਕ ਵਾਰ ਫੇਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇਮੀਗ੍ਰੇਸ਼ਨ ਟਿਪਸ ਤੇ ਅੱਜ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਆਈਸੀਸੀ ਇਮੀਗ੍ਰੇਸ਼ਨ ਤੋਂ ਮਨੂੰ ਦਿੱਤਾ ਜੀ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਮੀਗ੍ਰੇਸ਼ਨ ਦੇ ਵਿੱਚ ਕੀ ਨਵੀਆਂ ਅਪਡੇਟਸ ਨੇ ਤੇ ਕੀ ਕੁਝ ਜਿਹੜਾ ਇਮੀਗ੍ਰੇਸ਼ਨ ਦੇ ਵਿੱਚ ਚੱਲ ਰਿਹਾ ਹੈ ਮਨੋਜੀ ਤੁਹਾਡਾ ਸਵਾਗਤ ਹੈ ਜੀ। ਸਿਮਰਤ ਸਾਹਿਬ थैंक यू वेरी मच। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਈਵਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮ ਡੀ ਮਨੁਜਤ ਅਤੇ ਐ ਆਰ ਡੀ ਰਿਪੁਤਮ ਸਿੰਘ ਢਿੱਲੋਂ ਵੱਲੋਂ ਸਸ਼ਵੀਕਾਲ, ਨਮਸਕਾਰ ਤੇ ਆਦਵ ਐਂਡ थैंक यू वेरी मच फॉर हैविंग ਅਸ ਔਨ ਅਰ ਸਿਮਰਤ ਜੀ। ਅ थैंक यू ਮਨੋਜੀ ਤੁਹਾਡਾ ਸਟੂਡੀਓ ਵਿੱਚ ਆਉਣ ਲਈ। ਅੱਛਾ ਆਪਾਂ ਇੱਥੇ ਸ਼ੁਰੂ ਕਰਦੇ ਹਾਂ ਜਿਹੜੀ ਵਿਜ਼ਟਰ ਵੀਜ਼ੇ ਦੇ ਲਈ ਪਬਲਿਕ ਪਾਲਿਸੀ ਹੈ ਉਹ ਤੋਂ ਹੀ ਸ਼ੁਰੂ ਕਰੋ। ਉਹਦੇ ਵਿੱਚ ਕੀ ਅਪਡੇਟਸ ਨੇ ਅਮਰੀਕਾ ਲੋ ਦਾ ਕੁਝ ਟਾਈਮ ਲਿਮਿਟ ਹੈ ਜਿਹੜੀ ਖਤਮ ਹੋਣ ਵਾਲੀ ਹੈ ਜਾਂ ਖਤਮ ਹੋ ਗਈ ਹੈ? ਇਹ ਜਿਹੜੀ ਪਬਲਿਕ ਪਾਲਿਸੀ ਹੈਗੇ ਕਿ ਵਿਜ਼ਟਰ ਟੂ ਵਰਕ ਪਰਮਿਟ ਤੁਸੀਂ ਲੈ ਸਕਦੇ ਹੈਗੇ ਉਹ ਵਿਦਿਨ ਕੈਨੇਡਾ ਵਰਕ ਪਰਮਿਟ ਲੈ ਸਕਦੇ ਹੋ ਉਹ ਪਬਲਿਕ ਪਾਲਿਸੀ ਬੇਸਿਕਲੀ 28 ਫਰਵਰੀ ਤਾਂ ਐਗਜ਼ਿਸਟ ਕਰ ਰਹੀ ਹੈ ਠੀਕ ਹੈ ਇਹ ਅਗਸਟ 2020 ਦੇ ਵਿੱਚ ਹੋਣ ਦੇ ਵਿੱਚ ਆਈ ਸੀਗੀ ਐਂਡ ਉਹ ਐਕਸਟੈਂਡ ਹੁੰਦੀ ਜਾ ਰਹੀ ਹੈ ਹਾਲੇ ਜਿਹੜੀ ਕਰੰਟ ਪਾਲਿਸੀ ਦੇ ਕਰੰਟ ਡੇਟ ਹੈਗੀ ਉਹ ਹੈਗੀ 28 ਫਰਵਰੀ ਹਾਲੇ ਤੱਕ ਐਕਸਟੈਂਸ਼ਨ ਉੱਤੇ ਕੋਈ ਅਪਡੇਟ ਅਵੇਲੇਬਲ ਨਹੀਂ ਹੋਈਆਂ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਅਪਡੇਟਸ ਅਵੇਲੇਬਲ ਹੋ ਜਾਣਗੀਆਂ ਹੋ ਸਕਦਾ ਐਕਸਟੈਂਡ ਹੋਵੇ ਹੋ ਸਕਦਾ ਨਾ ਐਕਸਟੈਂਡ ਹੋਵੇ ਬਟ ਜਿਹੜੇ ਵੀ ਦੋਸ ਸਾਡੇ ਵਿਜ਼ਟਰ ਵੀਜ਼ਾ ਤੇ ਆਏ ਹੋਏ ਨੇ ਇਸ ਪਾਲਿਸੀ ਜਿਹੜੇ ਇੰਟੈਂਡ ਕਰਦੇ ਨੇ ਕੈਨੇਡਾ ਦੇ ਵਿੱਚ ਸੈਟਲ ਡਾਊਨ ਹੋਣ ਵਾਸਤੇ ਸੋ ਉਹਨਾਂ ਵਾਸਤੇ ਬੈਸਟ ਪਾਲਿਸੀ ਹੈਗੀ ਉਹਨਾਂ ਨੂੰ ਇਨੀਸ਼ੀਏਟਿਵ ਜਾਂ ਇਹਦੇ ਉੱਤੇ ਕੋਈ ਨਾ ਕੋਈ ਸਟੈਪ ਜ਼ਰੂਰ ਲੈਣਾ ਚਾਹੀਦਾ ਹੈਗਾ ਬਿਫੋਰ 28th ਆਫ ਫਿਬਰੂਰੀ ਠੀਕ ਹੈ ਅੱਛਾ ਮਨੋਜੀ ਬਹੁਤ ਵਾਰੀ ਜਿਹੜੇ ਆਪਣੇ ਭੈਣ ਭਰਾ ਹੁੰਦੇ ਨੇ ਵੀ ਜਦੋਂ ਆਪਣਾ ਅਪਲਾਈ ਕਰ ਦਿੰਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਕਈ ਵਾਰੀ ਇਹ ਹੁੰਦੀ ਆ ਵੀ ਜਿਹੜੇ ਅਸੀਂ ਐਪਲੀਕੇਸ਼ਨ ਦਾ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਖੜੀ ਆ ਸਾਡੀ ਇਮੀਗ੍ਰੇਸ਼ਨ ਮਹਿਕਮੇ ਦੇ ਵਿੱਚ ਸੋ ਕੋਈ ਟਰੈਕਿੰਗ ਸਿਸਟਮ ਵੀ ਹੈ ਜਿਹੜਾ ਕੁਝ ਉਹਦੇ ਵਿੱਚ ਕੀਤਾ ਅਪਡੇਟ ਬਿਲਕੁਲ ਬਿਲਕੁਲ கரنٹ ਸਵਾਲ ਹੈਗਾ ਸਿਮਰਤ ਜੀ ਐਬਸੋਲੂਟਲੀ ਕੱਲ ਹੀ ਇੱਕ ਇਨੀਸ਼ੀਏਟਿਵ ਲੱ타 ਗਿਆ ਹੈ 8 ਫਰਵਰੀ ਤੋਂ ਇਨੀਸ਼ੀਏਟਿਵ ਲੱ타 ਗਿਆ ਕਿ ਤੁਸੀਂ ਆਪਣੀ ਪੂਰੀ ਐਪਲੀਕੇਸ਼ਨਸ ਟਰੈਕ ਕਰ ਸਕੋਗੇ ਭਾਵੇਂ ਉਹ ਪੀਐਨਪੀ ਦੇ ਵਿੱਚ ਹੈਗੀ ਹੈ ਭਾਵੇਂ ਐਕਸਪ੍ਰੈਸ ਐਂਟਰੀ ਦੇ ਅੰਡਰ ਹੈਗੀ ਹੈ ਸੀਸੀ ਸਟ੍ਰੀਮ ਕਿਸੇ ਵੀ ਸਟ੍ਰੀਮ ਦੇ ਅੰਡਰ ਹੈ ਤਾਂ ਹਰ ਇੱਕ ਚੀਜ਼ ਤੁਸੀਂ ਆਪਣੀ ਐਪਲੀਕੇਸ਼ਨ ਟਰੈਕ ਕਰ ਸਕੋਗੇ ਕਿੱਥੇ ਖੜੀ ਹੈ ਐਪਲੀਕੇਸ਼ਨ ਕਿੱਥੇ ਪਹੁੰਚੀ ਹੋਈ ਹੈ ਸੋ ਹੁਣ ਉਹ ਜਿਹੜਾ ਸੀਗਾ ਨਾ ਕਿ ਪਹਿਲੇ ਧੁਕ ਧੁਕ ਰਗੀ ਰਹਿੰਦੀ ਸੀ ਕਿ ਸਾਡੀ ਐਪਲੀਕੇਸ਼ਨ ਨੂੰ ਕੀ ਹੋ ਰਿਹਾ ਹ ਸ ਹੁਣ ਇੱਕ ਇੱਕ ਚੀਜ਼ ਤੁਸੀਂ ਇੱਕ ਇੱਕ ਸ ਇਹ ਤਾਂ ਮੇਰੇ ਖਿਆਲੋਂ ਬਹੁਤ ਵਧੀਆ ਗੱਲ ਹੈ ਜੀ ਨਾਲ ਕਈ ਵਾਰੀ ਜਦੋਂ ਆਪਾਂ ਅਪਲਾਈ ਕਰਦੇ ਨੇ ਤਾਂ ਆਪਣੇ ਦਿਲ ਵਿੱਚ ਥੋੜਕੂ ਲੱਗਾ ਰਹਿੰਦਾ ਵੀ ਪਤਾ ਨਹੀਂ ਕੀ ਹੋਣਾ ਜਾਂ ਕਿੱਥੇ ਸਾਡੀ ਐਪਲੀਕੇਸ਼ਨ ਖੜੀ ਹੈ ਸੋ ਇੱਕ ਇਹ ਸ਼ਲਾਘਾਯੋਗ ਕਦਮ ਹੈ ਅੱਛਾ ਇੱਕ ਮਾਨੂੰ ਜੀ ਕਾਫੀ ਜਿਹੜਾ ਹੁਣ ਮਸ਼ਹੂਰ ਜਿਹੜਾ ਅੱਜ ਕਹਿ ਦਈਏ ਜਾਂ ਜਿਹੜਾ ਕਾਫੀ ਹਰਮਨ ਪਿਆਰਾ ਇੱਕ ਪ੍ਰੋਗਰਾਮ ਹੈ ਜਿਹੜੇ ਲੋਕ ਇੱਥੇ ਵਿਜ਼ਟਰ ਆਉਂਦੇ ਨੇ ਉਸ ਤੋਂ ਬਾਅਦ LMIA ਦੀ ਪ੍ਰੋਸੈਸਿੰਗ ਪ੍ਰੋਸੈਸਿੰਗ ਦੇ ਵਿੱਚ ਪੈਂਦੇ ਨੇ ਉਹਦੇ ਬਾਰੇ ਵੀ ਕੋਈ ਛੋੜੀ ਅਪਡੇਟ ਦੱਸੋ ਬਿਲਕੁਲ ਸਿਮਰਤ ਸਾਹਿਬ ਪਬਲਿਕ ਪਾਲਿਸੀ ਚੱਲ ਰਹੀ ਹੈ ਕਿ 28 ਫਰਵਰੀ ਤੱਕ ਤਾਂ ਐਗਜ਼ਿਸਟ ਹੀ ਕਰ ਰਹੀ ਹੈ ਮੈਂ ਜਦੋਂ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਜੀ ਜਿਹੜੇ ਵੀ ਦੋਸਤ ਸਾਡੇ ਜਿਹੜੇ ਵੀ ਪਾਈਪੈਨ ਕੈਨੇਡਾ ਦੇ ਵਿੱਚ ਆਏ ਨੇ ਐਸ ਇੰਟੈਂਸ਼ਨਲ ਆਏ ਨੇ ਸੈਟਲ ਡਾਊਨ ਹੋਣਾ ਚਾਹੁੰਦੇ ਨੇ ਤੇ ਵਰਕ ਪਰਮਿਟ ਉਹਨਾਂ ਨੂੰ ਕਈ ਵਾਰੀ ਸਾਡੀ ਇੱਕ ਹੋਰ ਹੈ ਅਸੀਂ ਪੰਜਾਬੀਆਂ ਹੋਣ ਦੇ ਤੱਕ ਕਿ ਨਾ ਸਾਰੇ ਚੱਕਰਾਂ ਦੇ ਵਿੱਚ ਹੈ ਕਿ ਅਸੀਂ ਟਰੱਕ ਡਰਾਈਵਿੰਗ ਦੇ ਵਿੱਚ ਹੀ ਜਾਣਾ ਹੈ ਜਾਂ ਫਾਰਮ ਦੇ ਵਿੱਚ ਵੀ ਜਾਣਾ ਹੈ ਸੋ ਜਦੋਂ ਵੀ ਤੁਸੀਂ ਐਲਐਮਆਈ ਲੈ ਕੇ ਵਰਕ ਪਰਮਿਟ ਲੈਂਦੇ ਹੈਗੇ ਉਹ ਸਾਡੇ ਐਪਲੀਕੈਂਟਸ ਨੂੰ ਆਪਣੇ EMPLOYER ਤੋਂ ਜਾਂ ਆਪਣੇ ਕੰਸਲਟੈਂਟ ਤੋਂ ਜਾਂ ਆਪਣੇ ਲਾਰ ਨੂੰ ਪੁੱਛਣਾ ਚਾਹੀਦਾ ਹੈ ਕਿ ਮੇਰੀ ਪੀਆਰ ਐਸ ਪ੍ਰੋਗਰਾਮ ਦੇ ਤਹਿਤ ਹੋਏਗੀ ਜਾਂ ਨਹੀਂ ਹੋਏਗੀ। ਠੀਕ ਹੈ। ਕਲਾ ਜੇ ਤੁਸੀਂ ਵਰਕ ਪਰਮਿਟ ਲੈਣਾ ਤੁਹਾਡਾ ਆਬਜੈਕਟਿਵ ਹੈਗਾ ਤਾਂ ਉਹ ਤੇ ਮਿਲ ਜਾਏਗਾ। ਉਸ ਤੋਂ ਬਾਅਦ ਵਰਕ ਪਰਮਿਟ ਦਾ 2 ਸਾਲ ਵਾਸਤੇ ਹੈਗਾ ਉਸ ਤੋਂ ਬਾਅਦ ਹਰ 2 ਸਾਲ ਬਾਅਦ ਐਕਸਟੈਂਡ ਕਰਾਓਗੇ। ਅਜਿਹੀ ਤਰੀਕ ਦੇ ਵਿੱਚ ਮੈਂ ਸਿਮਰਤ ਜੀ ਹਮੇਸ਼ਾ ਮੇਰੇ ਕੋਲ ਜੋ ਵੀ ਕੰਸਲਟ ਵਾਸਤੇ ਆਉਂਦੇ ਨੇ ਮੈਂ ਉਹਨਾਂ ਨੂੰ ਕਹਿੰਨਾ ਕਿ ਭਾਈ ਤੁਹਾਡੀ ਇੰਟੈਂਸ਼ਨ ਕੀ ਹੈਗੀ ਹੈ ਤੁਹਾਡੀ ਏਜ ਕਿੰਨੀ ਹੈਗੀ ਹੈ ਤੁਹਾਡੀ ਐਜੂਕੇਸ਼ਨ ਕਿਸ ਤਰ੍ਹਾਂ ਦੀ ਹੈਗੀ ਹੈ ਹਾਈਲਾਈਟਸ ਕਦੀ ਦਿੱਤਾ ਹੈ ਜੇ ਦਿੱਤਾ ਹੈ ਤੇ ਕਿੰਨੇ ਸਕੋਰ ਸੀਗੇ ਜੇ ਨਹੀਂ ਵੀ ਦਿੱਤਾ ਤੇ ਤੁਹਾਨੂੰ ਆਪਣੇ ਆਪ ਨੂੰ ਪਤਾ ਹੈ ਕਿ ਮੇਰੀ ਕੈਪੈਸਿਟੀ ਕੈਪੇਬਿਲਿਟੀ ਕਿਸ ਤਰ੍ਹਾਂ ਦੀ ਹੈ ਜੀ ਮੈਂ 4 ਬੈਂਡ ਲੈ ਸਕਦਾ 7 ਲੈ ਸਕਦਾ 8 ਲੈ ਸਕਦਾ ਸੋ ਹਰ ਇੱਕ ਨੂੰ ਪਤਾ ਆ ਸੋ ਜਿਹੜਾਂ ਦੀ ਐਬਿਲਿਟੀ ਹੀ 4 5 5.5 ਹੱਦ ਲੈਣ ਦੀ ਹੈਗੀ ਹੈ ਉਹਨਾਂ ਨੂੰ 온ਟਾਰੀਓ ਦੇ ਬ੍ਰਿਟਿਸ਼ ਕਲੰਬੀਆ ਦਾ ਵਰਕ ਪਰਮਿਟ ਲੈਣ ਲੱਗਿਆਂ 10 ਵਾਰੀ ਸੋਚਣਾ ਚਾਹੀਦਾ ਹੈ ਕਿ ਸਾਡੀ ਪਰਮਨੈਂਟ ਰੈਜ਼ਿਡੈਂਸੀ ਤੇ ਹੋਏਗੀ ਜਾਂ ਨਹੀਂ ਹੋਏਗੀ ਈਵਨ ਟਰੱਕਿੰਗ ਹੁਣ ਟਰੱਕਿੰਗ ਦਾ ਜਿਹੜਾ ਓਕੂਪੇਸ਼ਨ ਹੈਗਾ ਸਮਰਤ ਜੀ ਪਹਿਲਾਂ ਨੌਕ ਸੀ ਦੇ ਵਿੱਚ ਹੈਗਾ ਪੀਐਨਪੀ ਦੇ ਵਿੱਚ ਐਪਲੀਕੇਸ਼ਨ ਲੱਗ ਜਾਂਦੀ ਸੀਗੀ ਹੁਣ ਜਿਹੜਾ ਓਕੂਪੇਸ਼ਨ ਹੈਗਾ ਉਹ ਨੌਕ ਬੀ ਦੇ ਵਿੱਚ ਆ ਗਿਆ ਟਾਇਰ 3 ਦੇ ਵਿੱਚ ਆ ਗਿਆ ਸੋ ਉੱਥੇ ਤੁਹਾਡੀ ਪਰਮਨੈਂਟ ਰੈਜ਼ਿਡੈਂਸੀ ਤੇ ਪੁਆਇੰਟ ਸਿਸਟਮ ਦੇ ਉੱਤੇ ਲਗਣੀ ਹੈਗੀ ਇਹ ਪੁਆਇੰਟ ਸਿਸਟਮ ਦੇ ਉੱਤੇ ਤੁਸੀਂ ਕੁਆਲੀਫਾਈ ਕਰੋਗੇ ਜੇ ਤੁਹਾਡੀ ਏਜ ਹੀ ਗ੍ਰੇਡ 12 ਹੈਗੀ ਹੈ education uh, grade 12 hogi ielts ਦੇ ਵਿੱਚ 5 ਬੈਂਡਸ ਹੈਗੇ ਨੇ ਤੇ ਤੁਹਾਡੀ ਪੀਆਰ ਕਿਸ ਤਰ੍ਹਾਂ ਹੋਏਗੀ ਸੋ ਤੁਸੀਂ ਉਹ ਜ਼ਰੂਰ ਆਪਣੇ ਆਪ ਨੂੰ ਯ ਆਪਣੇ ਕੰਸਲਟੈਂਟ ਯ ਆਪਣੇ ਲਾਅਰ ਨੂੰ ਕੰਸਲਟੈਂਟ ਆਪਣਾ ਆਬਜੈਕਟਿਵ ਜ਼ਰੂਰ ਸ਼ੇਅਰ ਕਰਨਾ ਹੈ ਐਂਡ 99% ਕੰਸਲਟੈਂਟਸ ਇਹੋ ਜਿਹੇ ਹੋਣਗੇ ਜਿਹੜਾ ਤੁਹਾਨੂੰ ਐਬਸੋਲੂਟਲੀ ਰਾਈਟ ਗਾਈਡ ਕਰਨਗੇ ਦੇ ਵਿਲ ਟੈਲ ਯੂ ਕਿ ਤੁਹਾਡੀ ਹੋਏਗੀ ਯਾ ਨਹੀਂ ਹੋਏਗੀ ਉਸ ਤੋਂ ਬਾਅਦ ਸਟੈਪ ਲੈਣਾ ਤੁਹਾਡਾ ਇਨੀਸ਼ੀਏਟਿਵ ਹੈ ਮੇਰੇ ਕੋ ਕਈ ਲੋਕ ਹੀ ਆਂਦੇ ਨੇ ਆ ਕੇ ਕਹਿੰਦੇ ਨੇ ਜੀ ਸਾਡੇ ਏਜੰਟ ਨੇ ਸਾਨੂੰ ਖਰਾਬ ਕੀਤਾ ਕਦੀ ਵੀ ਕੰਸਲਟੈਂਟ ਤੁਹਾਨੂੰ ਖਰਾਬ ਨਹੀਂ ਕਰੇਗਾ ਏਜੰਟ ਜਿਹੜਾ ਕੁਆਲੀਫਾਈਡ ਹੀ ਨਹੀਂ ਹੈਗਾ ਉਹ ਹੋ ਸਕਦਾ ਤੁਹਾਨੂੰ ਗਲਤ ਰਾਏ ਦੇ ਜਿਹੜਾ ਕੰਸਲਟੈਂਟ ਹੋਏਗਾ ਜਿਹੜਾ ਸੀਆਈਸੀ ਦਾ ਮੈਂਬਰ ਹੋਏਗਾ ਜਾਂ ਲਾ ਸੋਸਾਇਟੀ ਆਫ ਅਪਰ ਕੈਨੇਡਾ ਦਾ ਮੈਂਬਰ ਹੋਏਗਾ ਬਿਕਾਉਜ਼ ਉੱਥੇ ਗਵਰਨਿੰਗ ਬਾਡੀ ਹੈਗੀ ਹੈ ਦੇ ਵਿਲ ਨਾਟ ਗਾਈਡ ਯੂ ਰੋਂਗ ਸੋ ਉਹਨਾਂ ਤੋਂ ਪੁੱਛੋ ਤਾਂ ਸਹੀ ਐਂਡ ਉਹ ਜਦੋਂ ਆ ਕੇ ਮੈਨੂੰ ਕਹਿੰਦੇ ਨਾ ਕਿ ਅਸੀਂ ਸਾਨੂੰ ਅਸੀਂ ਨੂੰ ਉਹਨੇ ਖਰਾਬ ਕੀਤਾ ਖਰਾਬ ਉਹਨਾਂ ਨੇ ਨਹੀਂ ਕੀਤਾ ਤੁਹਾਨੂੰ ਉਹਨਾਂ ਨੇ ਸਾਰਾ ਦੱਸਿਆ ਸੀਗਾ ਤੁਸੀਂ ਉਸ ਟਾਈਮ ਸੁਣੀ ਨਹੀਂ ਤੇ ਬਿਲਕੁਲ ਤੇ ਜਦੋਂ ਉਸ ਟਾਈਮ ਨਹੀਂ ਸੁਣੀ ਤੇ ਅੱਜ ਬਲੇਮ ਨਾ ਕਰੋ ਹਮਮ ਸੇ ਸਿਮਰਤੀ ਮੈਂ ਹਮੇਸ਼ਾ ਕਹਿੰਨਾ ਕਿ ਜਦੋਂ ਵੀ ਤੁਸੀਂ ਆਪਣਾ ਤੁਹਾਡਾ ਟਾਰਗੇਟ ਕਲੀਅਰ ਹੋਣਾ ਚਾਹੀਦਾ ਜੇ ਤੁਹਾਡੀ ਏਜ 40 ਤੋਂ ਉੱਪਰ ਹੈਗੀ ਹੈ 45 ਤੋਂ ਉੱਪਰ ਹੈਗੀ ਹੈ 50 ਤੋਂ ਉੱਪਰ ਹੈਗੀ ਹੈ ਐਜੂਕੇਸ਼ਨ ਤੁਹਾਡੇ ਕੋਲ ਬੈਚਲਰਸ ਹੈਗੀ ਹੈ ਜਾਂ ਸਿਰਫ ਗ੍ਰੇਡ 12 ਹੈਗੀ ਹੈ ਆਇਲੈਂਡ ਦੇ ਵਿੱਚ ਤੁਹਾਡੇ ਲਿਮਿਟਡ ਕਪੈਸਿਟੀ ਹੈਗੀ ਹੈ ਤੇ 온ਟਾਰੀਓ ਦਾ ਮੋ ਛੱਡ ਦਿਓ ਬ੍ਰਿਟਿਸ਼ ਕੋਲੰਬੀਆ ਦਾ ਮੋ ਛੱਡ ਦਿਓ ਜਾਂ ਤੇ ਆਪਣੇ ਭੈਣਾ ਭਾਈ ਦਾ ਕੋਲ ਰਹਿ ਲੋ ਦੋਸਤਾਂ ਮਿੱਤਰਾਂ ਦੇ ਕੋਲ ਰਹਿ ਲੋ ਜਾਂ ਆਪਣੀ ਪੀਆਰ ਲੈ ਲੋ ਆਪਣੀ ਫੈਮਿਲੀ ਦੇ ਸਮੇਤ ਸੋ ਜਿੱਥੇ ਐਨੇ ਸਮੁੰਦਰ ਟੱਪ ਕੇ ਤੁਸੀਂ ਕੈਨੇਡਾ ਆ ਗਏ ਤੇ ਬ੍ਰੈਂਟਨ ਦੇ ਵਿੱਚ ਰਹਿਣਾ ਜ਼ਰੂਰੀ ਨਹੀਂ ਸਰੀ ਦੇ ਵਿੱਚ ਰਹਿਣਾ ਜ਼ਰੂਰੀ ਨਹੀਂ ਹੈਗਾ ਤੇ ਦਾ ਅ ਮਨੋਜੀ ਇਹ ਹੁੰਦਾ ਵੀ ਤੁਹਾਡੇ ਕੋਲ ਆਪਣੇ ਜਿਹੜੇ ਪ੍ਰੋਪਰ ਡਾਕੂਮੈਂਟ ਹੋਣੇ ਚਾਹੀਦੇ ਜਿਹੜੀ ਜਿਸ ਲਈ ਤੁਸੀਂ ਏਡੇ ਜਿੱਦ ਵਿੱਚ ਤੁਸੀਂ ਗਿਆ ਵੀ ਸਾਤ ਸਮੁੰਦਰ ਪਾਰ ਕਰਕੇ ਆਪਾਂ ਆਏ ਆ ਕਿਉਂਕਿ ਭੈਣ ਭਰਾ ਇੱਥੇ ਰਹਿਣੇ ਨੇ ਜਦੋਂ ਵੀ ਤੁਸੀਂ ਪੱਕੇ ਹੋ ਜਾਦੇ ਜਾਂ ਪੀਆਰ ਹੋ ਜਾਂਦੇ ਤੁਸੀਂ ਜਦੋਂ ਮਰਜੀ ਆਪਣਾ ਮੂਵ ਹੋ ਸਕਦੇ 100% ਸਮਰਜੀ ਸੋ ਮੈਂ ਹਮੇਸ਼ਾ ਕਹਿੰਨਾ ਕਿ ਉਸ ਪ੍ਰੋਵਿੰਸ ਦੇ ਵਿੱਚ ਮੂਵ ਹੋਣ ਵਾਸਤੇ ਤਿਆਰ ਰਹੋ ਜਿਹੜਾ ਹੀ ਤੁਹਾਡੇ ਹੀ ਪੀਆਰ ਕਰਵਾ ਰਿਹਾ ਹੈਗਾ ਜੇ ਕਿਤੇ ਨਾਲ ਵੀ ਕੋਈ ਸ਼ੱਕ ਸ਼ੁਭਾ ਮੈਨੂੰ 3600 ਫੋਨ ਰੋਜ਼ ਆਉਂਦੇ ਨੇ ਸਮਰਜੀ ਮਤਲਬ ਗੁੱਡ ਗੁੱਡ ਨੰਬਰ ਦੇ ਵਿੱਚ ਜਿਹੜੇ ਮੈਨੂੰ ਪੁੱਛਦੇ ਜੇ bc ਦੇ ਵਿੱਚ ਐਪਲੀਕੇਸ਼ਨ ਲੱਗੀ ਹੋਈ ਹੈ ਪੁਆਇੰਟ ਉੱਪਰ ਚਲੇ ਗਏ ਤੇ ਸਾਡੀ ਤਾਂ ਪੀਆਰ ਹੁੰਦੀ ਨਹੀਂ ਪਈ ਬਿਲਕੁਲ ਨਹੀਂ ਹੁੰਦੀ ਪਈ ਕਿ ਤੁਹਾਨੂੰ ਪਤਾ ਹੈਗਾ ਹੈ ਨਹੀਂ ਹੁੰਦੀ ਪਈ ਹੁਣ ਅਗਲਾ ਇਨੀਸ਼ੀਏਟਿਵ ਤੁਹਾਡਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਜੇ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਹੈ ਜਾਂ ਤੁਹਾਡੇ ਵਾਈਫ ਕੋਲ ਓਪਨ ਵਰਕ ਪਰਮਿਟ ਹੈ ਉਹਨਾਂ ਨੂੰ ਉਸ ਪ੍ਰੋਵਿੰਸ ਦੇ ਵਿੱਚ ਭੇਜ ਦਿਓ ਜਿੱਥੇ ਤੁਸੀਂ ਬਿਨਾਂ ਪੁਆਇੰਟ ਸਿਸਟਮ ਦੇ ਕੁਆਲੀਫਾਈ ਹੁੰਦੇ ਹੋ ਤੁਸੀਂ ਉੱਥੇ ਬੈਠੇ ਕਿਉਂ ਆਏ ਹੋ ਸੋ ਆਪ ਨੂੰ ਵੀ ਇਨੀਸ਼ੀਏਟਿਵ ਆਪਣੇ ਕੰਫਰਟ ਜ਼ੋਨ ਚੋਂ ਵੀ ਬਾਹਰ ਨਿਕਲਣਾ ਪੈਣਾ ਸਿਮਰਤ ਜੀ ਜਾਂ ਵਰਕ ਪਰਮਿਟ ਤੇ ਰਹੀ ਜਾ ਮੈਨੂੰ ਖੈਲ ਮਨੂ ਜੀ ਸਭ ਤੋਂ ਬੈਟ ਤਾਂ ਇਹੀ ਆ ਵੀ ਜਦੋਂ ਤੁਸੀਂ ਵਿਜ਼ਟਰ ਵੀਜ਼ਾ ਲੈ ਕੇ ਇੱਥੇ ਆ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਕਿਹਾ ਵੀ ਕੁਆਲੀਫਾਈਡ ਕੰਸਲਟੈਂਟ ਦੇ ਨਾਲ ਜ਼ਰੂਰ ਕੰਸਲਟ ਕਰੋ ਤੇ ਮੈਂ ਤਾਂ ਇਹ ਕਹੂੰਗਾ ਵੀ ਤੁਸੀਂ ਜਿਹੜੇ ਆਈਸੀਸੀ ਇਮੀਗ੍ਰੇਸ਼ਨ ਦੀ ਟੀਮ ਦੇ ਨਾਲ ਜ਼ਰੂਰ ਸੰਪਰਕ ਕਰੋ ਤੇ ਆਪਣੀ ਜਿਹੜੀ ਸਿਚੁਏਸ਼ਨ ਹੈ ਪਹਿਲਾਂ ਵੈਲਿਊਏਟ ਕਰਵਾ ਲਓ ਵੀ ਅਸੀਂ ਕਿੱਥੇ ਖੜੇ ਆ 100% ਸਮਝੀ ਅੱਛਾ ਮਨੋਜੀ ਨਾਲ ਹੀ ਆਪਾਂ ਹੁਣ ਗੱਲ ਕਰਦੇ ਹਾਂ ਕਿਉਂਕਿ ਕਾਫੀ ਇਹ ਵੀ ਚਰਚਾ ਵਿੱਚ ਰਹਿੰਦਾ ਮਸਲਾ ਸਟੂਡੈਂਟ ਵੀਜ਼ੇ ਦਾ ਸੋ ਸਟੂਡੈਂਟ ਵੀਜ਼ੇ ਦੇ ਵਿੱਚ ਕੀ ਅਪਡੇਟਸ ਨੇ ਕੀ ਹੋ ਰਿਹਾ ਇਹਦੇ ਵਿੱਚ ਵੀ ਸਿਮਰਤ ਜੀ ਬੜੀ ਵੱਡੀ ਤਦਾਦ ਦੇ ਵਿੱਚ ਸਟੂਡੈਂਟ ਹਰ ਸਾਲ ਕੈਨੇਡਾ ਆ ਰਹੇ ਨੇ ਹਾਂਜੀ ਬਿਲਕੁਲ 2022 ਦਾ ਜਿਹੜੇ ਨੰਬਰਸ ਆਏ ਨੇ ਤਕਰੀਬਨ 6.5 ਤੋਂ 7 ਲੱਖ ਦੇ ਆਸ-ਪਾਸ ਸਟੂਡ canada 2022 ਦੇ ਵਿੱਚ ਪੜਨ ਵਾਸਤੇ ਆਏ ਨੇ ਹੁਣ ਹਰ ਇੱਕ ਸਟੂਡੈਂਟ ਨੇ ਜਦੋਂ ਅਪਲਾਈ ਤਾਂ ਜਿਆਦਾ ਨਹੀਂ ਕਰਨਾ ਬਟ ਇਨੇ ਇਕੱਲਾ ਇੰਡੀਆ ਤੋਂ ਅਪਲਾਈ ਨਹੀਂ ਹੋ ਰਹੇ ਸਟੂਡੈਂਟਸ ਸਟੂਡੈਂਟਸ ਪੂਰੀ ਦੁਨੀਆ ਤੋਂ ਕੈਨੇਡਾ ਐਕਸੈਪਟ ਕਰਦਾ ਹੈਗਾ ਇੰਡੀਆ ਦਾ ਜਿਹੜੇ ਨੰਬਰ ਜਗੇ ਨੇ ਕਲੋਸ ਟੂ 200000 ਸਟੂਡੈਂਟਸ ਕੈਨੇਡਾ ਸਿਰਫ ਇੰਡੀਆ ਤੋਂ ਆਉਂਦੇ ਨੇ ਵੀ ਇੰਡੀਆ ਇਜ਼ ਦਾ ਨੰਬਰ 1 ਸੋਰਸ ਕੰਟਰੀ ਸੋ ਅੱਜ ਦੀ ਤਰੀਕ ਦੇ ਵਿੱਚ ਮੇ ਵਾਲੀ ਸੈਸ਼ਨਸ ਦੀ ਐਡਮਿਸ਼ਨਸ ਹੋ ਚੁੱਕੀਆਂ ਹਨ ਸੈਪਟੈਂਬਰ ਦੀ ਐਡਮਿਸ਼ਨਸ ਚੱਲ ਰਹੀਆਂ ਹੈਗੀਆਂ ਸੋ ਜੇ ਤੁਸੀਂ ਸੈਪਟੈਂਬਰ ਸੈਸ਼ਨ ਵਾਸਤੇ ਆਣਾ ਚਾਹੁੰਦੇ ਹੋ ਤੇ ਆਪਣੀ ਡਿਟੇਲਸ ਸਾਡੇ ਨਾਲ ਸ਼ੇਅਰ ਕਰਦੇ ਹੋ ਵੀ ਵਿਲ ਅਸਿਸਟ ਯੂ ਐਂਡ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਇਹੋ ਜਿਹੇ ਵੀ ਆਉਂਦੇ ਨੇ ਜਿਹੜੇ ਵਿਦਿਨ ਕੈਨੇਡਾ ਆ ਕੇ ਉਹਨਾਂ ਨੂੰ ਸਮਝ ਆ ਜਾਂਦਾ ਕਿ ਮੈਂ ਇਹ ਕੋਰਸ ਜਿਹੜਾ ਲੈ ਕੇ ਆਇਆ ਆ ਇਹ ਮੇਰੇ ਮਤਲਬ ਦਾ ਕੋਰਸ ਨਹੀਂ ਸੀਗਾ ਜਾਂ ਮੈਂ ਇਹ ਕਰ ਨਹੀਂ ਸਕਦਾ ਇਟ ਇਸ ਟੂ ਡਿਫਿਕਲਟ ਫਾਰ ਮੀ ਸੋ ਉਹ ਸਾਰੇ ਸਟੂਡੈਂਟਸ ਨੂੰ ਅਸੀਂ ਜੇ ਕੋਰਸ ਚੇਂਜ ਕਰਨਾ ਹੈ ਤੇ ਬੀ ਪ੍ਰਿਪੇਅਰਡ ਐਂਡ ਆ ਕੇ ਡਿਸਕਸ ਕਰ ਲੋ ਐਂਡ ਅਸੀਂ ਬਹੁਤ ਸਾਰੇ ਸਟੂਡੈਂਟਸ ਨੂੰ ਸੁਜੈਸਟ ਕਰਦੇ ਹਾਂ ਕਿ ਭਾਈ ਆਪੇ ਜਾ ਕੇ ਕਾਲਜ ਨੂੰ ਆਪਣੇ ਜਾ ਕੇ ਅਸੀਂ ਵੇ ਦੱਸ ਦਿੰਦੇ ਹਾਂ ਹਾਊ ਟੂ ਅਪਰੋਚ ਥੈਮ ਸੋ ਤਾਂ ਕਿ ਤੁਹਾਡੇ ਵਾਸਤੇ ਆਸਾਨ ਚੀਜ਼ਾਂ ਹੋ ਜਾਣ ਐਂਡ ਸਿਮਰਤ ਜੀ ਇੱਕ ਚੀਜ਼ ਹੋਰ ਇੱਥੇ ਮੈਂ ਜ਼ਰੂਰ ਐਡ ਕਰਨਾ ਚਾਹਾਂਗਾ ਅਸੀਂ ਹੁਣੇ ਗੱਲ ਵੀ ਕਰਦੇ ਹਟੇ ਹਾਂ ਕਿ ਸਟੂਡੈਂਟਸ ਦੇ ਉੱਤੇ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਹਾਂਜੀ ਮੋਗਰਾ ਅਸੀਂ ਇੰਡੀਆ ਦੇ ਵਿੱਚ ਤਾਂ ਉਹਨਾਂ ਨੂੰ ਐਦਾਂ ਕਿੰਨੇ ਫੁੱਲਾਂ ਦੇ ਵਾਕੰਨ ਸੰਭਾਲ ਕੇ ਰੱਖਦੇ ਆ ਜਦੋਂ ਕੈਨੇਡਾ ਦਾ ਵੀਜ਼ਾ ਲੱਗ ਜਾਂਦਾ ਅਸੀਂ ਕਹਿੰਦੇ ਕਿ ਉਹ ਇੰਨੇ ਸਿਆਣੇ ਹੋ ਗਏ ਕਿ ਸਾਰੇ ਆਪਣੇ ਆਪ ਪੈਸੇ ਵੀ ਖਰਚਣਗੇ ਆਪਣੇ ਆਪ ਪੈਸੇ ਕਮਾਉਣਗੇ ਵੀ ਜੌਬ ਵੀ ਕਰਨਗੇ ਪੜ੍ਹਾਈ ਵੀ ਕਰਨਗੇ ਪੀਆਰ ਵੀ ਲੈਣਗੇ ਤੇ ਮਾਪੇ ਤੇ ਬਾਕੀ ਬੱਚਿਆਂ ਨੂੰ ਵੀ ਸੱਦਣਗੇ ਬਿਲਕੁਕੁਲ ਇੰਨਾ ਪ੍ਰੈਸ਼ਰ ਬੱਚਿਆਂ ਦੇ ਉੱਤੇ ਨਾ ਪਾਓ ਅ ਬੱਚੇ 16 17 18 20 ਸਾਲ ਦੇ ਅਸੀਂ ਬੱਚਿਆਂ ਨੂੰ ਉੱਥੇ ਤੇ ਅਸੀਂ ਉਹਨਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ ਜੇ ਘਰੋਂ ਬਾਹਰ 8 ਵਜੇ ਤੋਂ ਬਾਅਦ ਚੱਲ ਜਾਣ 10 ਵਜੇ ਤੋਂ ਬਾਅਦ ਹੋ ਜਾ ਜਪਾ ਜੀ ਜੇ ਆਪਾਂ ਕਹਦੇ ਨੇ ਵੀ ਉਹ ਤਾਂ ਆਪ ਪਾਣੀ ਦਾ ਗਲਾਸ ਨਹੀਂ ਚੱਕ ਪੀਂਦੇ ਐਬਸੋਲੂਟਲੀ ਨਹੀਂ ਪੀਂਦੇ ਤੇ ਇੱਥੇ ਆ ਕੇ ਉਹਨਾਂ ਦੇ ਉੱਤੇ ਇੰਨੇ ਪ੍ਰੈਸ਼ਰ ਪਾ ਦਿੰਦੇ ਹੋ ਕਿ ਪੈਸੇ ਵੀ ਤੁਸੀਂ ਕਮਾਣੇ ਆ ਕਮਾਈ ਵੀ ਸੋ ਮਾਪਿਓ ਨੂੰ ਜਿੰਨੇ ਵੀ ਸਾਡੇ ਦੋਸਤ ਸਾਡੇ ਭਾਈਪੰਡ ਸੁਣ ਰਹੇ ਨੇ ਪ੍ਰੋਗਰਾਮ ਆਪਣੇ ਬੱਚਿਆਂ ਦੇ ਉੱਤੇ ਪ੍ਰੈਸ਼ਰ ਨਾ ਪਾਓ ਇੱਥੇ ਅਸੀਂ ਹਰ ਤੇ ਇੱਕ ਮਾੜੀ ਮੰਦ ਭਾਗੀ ਖਬਰ ਸੁਣਦੇ ਆ ਇਹ ਬੱਚੇ ਨੇ ਕਮਿਟ ਸੁਸਾਈਡ ਕਰ ਲਿਆ ਇੰਨੇ ਕੁਝ ਕਰ ਲਿਆ ਇੰਨੇ ਕੁਝ ਕਰ ਲਿਆ ਸੋ ਯੂ نو ਇਹ ਸਾਡੀ ਕਮਿਊਨਿਟੀ ਵਾਸਤੇ ਵੀ ਚੰਗਾ ਨਹੀਂ ਹੈਗਾ ਸਮਰਤ ਜੀ ਐਂਡ ਜੇ ਆਪਣੀ ਤੁਹਾਡੀ ਹੈਸੀਅਤ ਬਾਹਰ ਭੇਜਣ ਦੀ ਨਹੀਂ ਹੈਗੀ ਬੱਚੇ ਨੂੰ 2 ਸਾਲ 3 ਸਾਲ ਉੱਥੇ ਪੜਨ ਦਿਓ ਉਨੂੰ ਜੌਬ ਕਰਨ ਦਿਓ ਉਥੋਂ ਉਸ ਤੋਂ ਬਾਅਦ ਇੱਥੇ ਪੜਨ ਵਾਸਤੇ ਜਾਂ ਅਗਲੀ ਆਪਰਚੂਨਿਟੀਆਂ ਦੇਖ ਲਓ ਐਡ ਜਦੋਂ ਤੁਸੀਂ ਬੱਚਿਆਂ ਦੇ ਉੱਤੇ 20 ਸਾਲ ਦੀ ਕੁੜੀਆਂ ਵਾਸਤੇ ਵੈਸੇ ਉੱਥੇ ਉਹਨਾਂ ਨੂੰ 8 ਵਜੇ ਤੋਂ ਬਾਹਰ ਨਹੀਂ ਜਾਣ ਦਿੰਦੇ ਇੱਥੇ ਬੱਚੇ ਸਾਰੀ ਰਾਤ ਕੰਮ ਕਰਦੇ ਨੇ 12-12 ਘੰਟੇ ਸ਼ਿਫਟ ਕਰਦੇ ਨੇ ਹੁਣ ਜਦੋਂ ਤੋਂ ਖਾਸ ਕਰਕੇ ਇਹ ਸ਼ੁਰੂ ਹੋਇਆ ਹੈ ਕੰਸੈਪਟ ਕਿ ਬੱਚੇ ਫੁੱਲ ਟਾਈਮ ਜੌਬ ਕਰ ਸਕਦੇ ਨੇ ਬੱਚੇ ਤੇ ਸਿਰਫ ਕੰਮ ਦੇ ਉੱਤੇ ਹੀ ਹੈਗੇ ਨੇ ਪੜਾਈਆਂ ਵੀ ਉਹਨਾਂ ਦੀ ਬੈਕ ਡ੍ਰੌਪ ਦੇ ਵਿੱਚ ਰਹਿ ਗਈਆਂ ਹੈਗੀਆਂ ਸੋ ਬੱਚਿਆਂ ਨੂੰ ਵੀ ਇਹੋ ਜਿਹੀ ਸਿਚੁਏਸ਼ਨ ਹੈਗੀ ਹੈ ਕਿ ਭਾਈ ਪੜ੍ਹਾਈ ਵੀ ਕਰੋ ਕੋ ਜੌਬ ਵੀ ਕਰੋ ਦੋਨੋ ਚੀਜ਼ਾਂ ਜ਼ਰੂਰੀ ਹੈਗੀਆਂ ਬਟ ਆਪਣੇ ਉੱਤੇ ਬੇਵਜਾ ਦਾ ਪ੍ਰੈਸ਼ਰ ਵੀ ਪਾ ਕੇ ਨਾ ਰੱਖੋ ਐਂਡ ਜੇ ਗ੍ਰੇਡ 12 ਕਰਕੇ ਆਏ ਹੋ ਬੀ ਪ੍ਰਿਪੇਅਰਡ ਕਿ ਅਸੀਂ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਚਲੇ ਜਾਈਏ ਤਾਂ ਕਿ ਪੀਆਰ ਹੋ ਜਵੇ ਐਂਡ ਜਦੋਂ ਵੀ ਤੁਸੀਂ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਮੂਵ ਹੋਣਾ ਹੈ ਆ ਵੀ ਕੰਸੀਡਰ ਕਰਨਾ ਹੈ ਕਿ ਤੁਹਾਡੀ ਪੀਆਰ ਉੱਥੇ ਹੋਏਗੀ ਜਾਂ ਨਹੀਂ ਹੋਏਗੀ ਜੇ 온ਟਾਰੀਓ ਤੋਂ ਪੜ੍ਹ ਕੇ ਜਾਂ ਬ੍ਰਿਟਿਸ਼ ਕੋਲੰਬੀਆ ਤੋਂ ਪੜ੍ਹ ਕੇ ਮੈਨੀਟੋਬਾ ਦੇ ਵਿੱਚ ਜਾਣਾ ਐਬਸੋਲੂਟਲੀ ਨਾ ਜਾਇਆ ਜਾਏ ਬਿਕਾਜ਼ ਜਿਸ ਤਰ੍ਹਾਂ ਹੀ ਤੁਸੀਂ ਉੱਥੇ ਮੂਵ ਕਰਦੇ ਹੋ ਤੁਹਾਡੇ 100 ਪੁਆਇੰਟ ਜਾਂ 200 ਪੁਆਇੰਟ ਮ ਕੈਲਕੂਲੇਟਰ ਰਿਲੇਸ਼ਨ ਦੇ ਵਿੱਚ ਹੁਣ ਉੱਥੇ ਜਾ ਕੇ ਮੁਜਾਇਰੇ ਨਾ ਕਰੋ ਤੁਹਾਡੇ ਉਹ ਤੇ ਚਾਰਟ ਤਾਂ ਪਹਿਲੇ ਹੀ ਪਤਾ ਹੈ ਤੁਹਾਨੂੰ ਆਪਣੀ ਮਾਰਕਿੰਗਸ ਪਹਿਲੇ ਹੀ ਪਤਾ ਹੈਗਾ ਤਾਂ ਮੂਵ ਕਰਨ ਤੋਂ ਬਾਅਦ ਤੁਸੀਂ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰਦੇ ਹੋ ਕਿ ਇਹ ਇਹ ਸਾਨੂੰ ਪੀਆਰ ਕਿਉਂ ਨਹੀਂ ਮਿਲ ਰਹੀ ਹੂੰ ਹੂੰ ਗਵਰਨਮੈਂਟ ਨੇ ਤੇ ਆਪਣੇ ਇਨੀਸ਼ੀਏਟਿਵਸ ਆਪੇ ਹੀ ਲੈਣੇ ਨੇ ਪ੍ਰੋਵਿੰਸ ਗਵਰਨਮੈਂਟ ਨੇ ਹਮੇਸ਼ਾ ਹੀ ਉਸ ਤਰ੍ਹਾਂ ਲੈਣੇ ਨੇ ਸਿਮਰਤ ਜੀ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਇਮੀਗ੍ਰੇਸ਼ਨ ਗੁਰੂ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਆਈਸੀਸੀ ਇਮੀਗ੍ਰੇਸ਼ਨ ਤੋਂ ਮਨੂੰ ਦਿੱਤਾ ਜੀ ਜਿਹੜੇ ਕਿ ਤੁਹਾਡੇ ਨਾਲ ਇਮੀਗ੍ਰੇਸ਼ਨ ਸੰਬੰਧੀ ਅਪਡੇਟਸ ਤੇ ਹੋਰ ਜਿਹੜੇ ਇਸ਼ੂਜ਼ ਨੇ ਆਉਂਦੇ ਨੇ ਆਪਣੇ ਭੈਣਾ ਭਰਾਵਾਂ ਨੂੰ ਉਹਦੇ ਬਾਰੇ ਗੱਲਬਾਤ ਕਰ ਰਹੇ ਨੇ ਅੱਛਾ ਮਨੋਜੀ ਜਾਣ ਤੋਂ ਪਹਿਲਾਂ ਕੁਝ ਹੋਰ ਐਡ ਕਰਨਾ ਚਾਹਵਾਂ ਸਿਰਫ ਇੱਕੋ ਹੀ ਚੀਜ਼ ਸਮਰਤ ਜੀ ਜਿੰਨੇ ਵੀ ਸਾਡੇ ਦੋਸਤ ਪਾਈਪਨ ਕੈਨੇਡਾ ਆਏ ਹੋਏ ਨੇ ਵਿਜ਼ਿਟ ਦੇ ਉੱਤੇ ਕਿਸੇ ਕੰਸਲਟੈਂਟ ਲਾਇਰ ਦੀ ਸਲਾਹ ਲਓ ਐਂਡ ਵਰਕ ਪਰਮਿਟ ਤੇ ਜੇ ਜਾਣਾ ਚਾਹੁੰਦੇ ਹੋ ਆ ਦੇਖੋ ਕਿ ਤੁਹਾਡੀ ਪਰਮਨੈਂਟ ਰੈਜ਼ਿਡੈਂਸੀ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਐਂਡ ICC ਇਮੀਗ੍ਰੇਸ਼ਨ ਤੇ ਵੀ ਸਾਨੂੰ ਕੰਟੈਕਟ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈਗਾ ਜੀ 905 461 2424 905 461 ਚੋਵੀ ਚੋਵੀ ਵਟਸਐਪ ਨੰਬਰ ਸਾਡਾ ਹੈਗਾ 85096478509000 ਸਾਡੇ ਕੋਲ ਨਰਸਿੰਗਸ ਦੀਆਂ ਵੀ ਕੁਝ ওপਨਿੰਗਸ ਮੌਜੂਦ ਹੈਗੀਆਂ ਜੇ ਤੁਹਾਡੇ ਕੋਲ ਬੀਐਸਸੀ ਨਰਸਿੰਗ ਹੈਗੀ ਹੈ ਬੈਕ ਹੋਮ ਤੋਂ ਆਇਲਟਸ ਕੀਤਾ ਹੋਇਆ ਤੇ ਆਪਣੇ ਪ੍ਰੋਫਾਈਲ ਆਪਣੇ ਸੀਵੀ ਸਾਡੇ ਨਾਲ ਸ਼ੇਅਰ ਕਰ ਦਿਓ ਅਸੀਂ ਤੁਹਾਡੀ ਇੰਟਰਵਿਊ ਕਰਵਾ ਦੇਵਾਂਗੇ ਐਂਜੇ ਵਿਜ਼ਿਟ ਵੀਜ਼ਾ ਤੇ ਤੁਸੀਂ ਕੈਨੇਡਾ ਆਏ ਹੋਏ ਹੋ ਇੱਕ ਵਾਰੀ ਆ ਕੇ ਜ਼ਰੂਰ ਡਿਸਕਸ ਕਰੋ ਕਿ ਤੁਹਾਡੀ ਪਰਮਨੈਂਟ ਰੈਜ਼ਿਡੈਂਸੀ ਤੁਹਾਡੇ ਸਰਕਮਸਟੈਂਸਸ ਨੂੰ ਦੇਖਦੇ ਹੋਇਆ ਕਿ ਤੁਸੀਂ ਕਿਹੜੀ ਚੀਜ਼ ਤੁਹਾਡੇ ਵਾਸਤੇ ਬੈਸਟ ਰਹੇਗੀ ਉਹਦੇ ਵਾਸਤੇ ਇੱਕ ਵਾਰੀ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਮਨੋਜੀ ਅੱਜ ਸਟੂਡੀਓ ਵਿੱਚ ਆਉਣ ਲਈ ਤੇ ਜਿਹੜੀ ਸਾਰੀ ਬੜੀ ਮੁੱਲੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੀਸਟਰੀ ਤੁਸੀਂ ਦੇਖ ਰਹੇ ਸੀ ਇਮੀਗ੍ਰੇਸ਼ਨ ਗੁਰੂ ਅਗਰੇ ਆਫਤੇ ਫੇਰ ਤੁਹਾਡੇ ਲਈ ਨਵੀਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ